ਕੀ ਕੁਛ ਕਰਨਾ ਹੈ, ਸਿਰਫ ਹੱਥ ਖੜੇ ਕਰੋ ਫਿਰ ਮੈਂ ਤੁਹਾਨੂੰ ਰੇਜ਼ ਕਰੂੰ। ਬੋਲਣ ਤੋਂ ਇੰਨਾ ਡਰਦੇ ਹੋ? ਹੱਥ ਖੜੇ ਕਰੋ ਪਲੀਜ਼। ਪਤਾ ਲੱਗੇ ਤਾਂ ਬੋਲੋ ਬੇਟਾ। ਅੱਛਾ ਐ ਕਰੋ, ਤੁਸੀਂ ਬੈਠੇ ਹੋਏ ਹੋ ਬੇਟਾ, ਸੰਗਣਾ ਨਹੀਂ ਕਮਲ ਬੇਟੇ। ਦੱਸੋ ਕੀ ਹੈ ਦਿਲ ਦੀ ਗੱਲਾਂ ਕਰੋ, ਕੋਈ ਗੱਲ ਨਹੀਂ, ਡੋਂਟ ਵਰੀ। ਸ਼ਾਮ ਨੂੰ ਦੀਵੇ ਬਾਲੀ ਮੋਮਬੱਤੀਆਂ ਜਗਾਉਣੀ। ਥੈਂਕ ਯੂ, ਵੈਲਕਮ। ਬੱਚਿਓ ਮੈਂ ਰਾਜਾ ਵਿੰਗ ਦੀ ਵਾਈਫ ਹੈ, ਜੇ ਮੈਂ ਤੁਹਾਡੇ ਵਾਂਗੂ ਕਰਨ ਲੱਗ ਪਾਂ ਤਾਂ ਮੈਂ ਕਦੀ ਤੁਹਾਨੂੰ ਮਿਲਣ ਹੀ ਨਹੀਂ ਆ ਸਕਦੀ, ਮੈਂ ਡਰੀ ਜਾਵਾਂ ਤੁਸੀਂ ਜਾ ਕੇ ਬੋਲੂੰ। ਇਸ ਦੀਵਾਲੀ ਤੇ, ਦੀਵਾਲੀ ਦਾ ਜਦੋਂ ਮੈਂ ਨਾਮ ਲਿਆ ਨਾ ਤਾਂ ਸਭ ਨੇ ਇੱਕ ਬੜੀ ਖੁਸ਼ੀ ਜ਼ਾਹਰ ਕੀਤੀ, ਪਰ ਜਦੋਂ ਮੈਂ ਕਿਹਾ ਕਿ ਕੀ ਕਰੋਗੇ ਤਾਂ ਸਭ ਨੇ ਮੂੰਹ ਨੀਵਾਂ ਪਾ ਲਿਆ। 12th ਕਲਾਸ ਦੇ ਬੱਚੇ ਹੋਣ, 9th 10th ਕਲਾਸ ਦੇ ਬੱਚੇ ਹੋਣ, ਤੇ ਇਸ ਤਰ੍ਹਾਂ ਦਾ ਬਿਹੇਵੀਅਰ ਨਹੀਂ ਚੰਗਾ ਲੱਗਦਾ। ਮੈਨੂੰ ਕੋਈ ਗੁੱਸਾ ਨਹੀਂ, ਪਰ ਵੈਸੇ ਤੁਹਾਨੂੰ ਮੈਂ ਦੱਸਦੀ ਹਾਂ ਕਿ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਨਾ ਹੁੰਦਾ ਹੈ ਨਾ, ਤਾਂ ਸਭ ਨਾਲੋਂ ਪਹਿਲੀ ਗੱਲ ਇਹ ਹੈ ਕਿ ਜੋ ਪਰਮਾਤਮਾ ਨੇ ਆਪਾਂ ਨੂੰ ਇੱਕ ਜ਼ੁਬਾਨ ਦਿੱਤੀ ਹੈ, ਕੌਨਫੀਡੈਂਸ ਆਪਣੇ ਅੰਦਰ ਹੈ, ਕਿਸੇ ਤੋਂ ਮੰਗ ਕੇ ਲਿਆਉਣ ਦੀ ਲੋੜ ਨਹੀਂ, ਰੁਪਈਆ ਨਹੀਂ ਲੱਗਦਾ, ਇਹ ਤਾਂ ਇੱਕ ਸੈਕਿੰਡ ਦੇ ਵਿੱਚ ਉੱਠ ਕੇ ਬੋਲੋ, ਮੁਫ਼ਤ ਦੀਆਂ ਚੀਜ਼ਾਂ ਇਹ ਤਾਂ, ਇਹਨਾਂ ਨੂੰ ਯੂਜ਼ ਕਰੋ, ਸ਼ਰਮਾਈਦਾ ਨਹੀਂ। ਪੜ੍ਹੇ ਲਿਖੇ ਬੱਚਿਆਂ ਦਾ ਕੰਮ ਨਹੀਂ ਸੰਗਣਾ, ਸ਼ੋਭਾ ਹੀ ਨਹੀਂ ਦਿੰਦਾ, ਕੁੜੀਆਂ ਦਾ ਤਾਂ ਬਿਲਕੁਲ ਹੀ ਜਦੋਂ ਮੈਂ ਇੱਕ ਵਾਰੀ ਬੋਲਣਾ ਬੰਦ ਕਰਤਾ ਤੇ ਮੈਂ ਚਲੀ ਗਈ ਨਾ, ਤੇ ਸਾਰੇ ਬੱਚੇ ਕਹਿਣਗੇ ਜੀ ਅਸੀਂ ਗੱਲਬਾਤ ਕਰਨੀ, ਹਰ ਸਕੂਲ ਚ ਐਮ ਇੱਕ ਬਹੁਤ ਵਧੀਆ ਅਪਰਚੁਨਿਟੀ ਮੌਕਾ ਮਿਲਿਆ ਆਪਾਂ ਨੂੰ ਤੁਹਾਡੇ ਨਾਲ। ਬੱਚਿਓ ਮੈਂ ਗੱਲਬਾਤ ਕਰਨ ਆਈ ਹਾਂ, ਮੌਕਾ ਮਿਲਿਆ ਮੈਂ ਇੱਥੇ ਪੜਾਉਣ ਬਿਲਕੁਲ ਨਹੀਂ ਆਈ। ਆਪਣੀਆਂ ਪ੍ਰੋਬਲਮ ਜੋ ਸਾਨੂੰ ਕਹਿੰਦੇ ਉਹ ਦੱਸੋ ਉਹਨਾਂ ਨੂੰ, ਮੈਂ ਬਿਲਕੁਲ ਤੁਹਾਨੂੰ ਪੜਾਉਣ ਨਹੀਂ ਆਈ, ਮੇਰਾ ਕੋਈ ਮਤਲਬ ਨਹੀਂ ਪੜ੍ਹਾਈ ਲਿਖਾਈ ਨਾਲ, ਤੁਸੀਂ ਕੀ ਕਰਦੇ ਹੋ, ਦੀਵਾਲੀ ਦਾ ਮੌਸਮ ਹੈ, ਹੁਣ ਪੜ੍ਹਾਈ ਦਾ ਕੋਈ ਮਤਲਬ ਹੀ, ਦੀਵਾਲੀ ਦਾ ਮਤਲਬ ਇਹ ਇੰਜੋਏ ਕਰਨਾ ਹੈ, ਖੁਸ਼ੀਆਂ ਮਨਾਉਣੀ ਹੈ। ਦੀਵਾਲੀ ਦੀ ਆਪਾਂ ਵੇਟ ਕਰਦੇ ਹਾਂ ਕਿਉਂਕਿ ਰਿਸ਼ਤੇਦਾਰਾਂ ਨੂੰ ਮਿਲਣ ਚਾਹੀਦਾ, ਨਾਨਕੇ ਆਉਂਦੇ ਹੈ, ਨਾਨੀ ਮਾਂ ਮਾਮੀਆਂ ਮਠਿਆਈ ਲੈ ਕੇ ਆਉਂਦੀਆਂ, ਕਿਤੇ ਆਪਾਂ ਕਿਸੇ ਦੇ ਘਰੇ ਜਾਂਦੇ ਹਾਂ, ਦੀਵੇ ਬਾਲਦੇ ਹਾਂ, ਪਟਾਕੇ ਚਲਾਉਣੇ ਹੈ, ਨਵੇਂ ਕੱਪੜੇ ਪਾਉਣੇ ਹੈ, ਘਰਾਂ 'ਚ ਇੱਕ ਵੈਸੇ ਹੀ ਦੀਵਾਲੀ ਦੇ ਨਾਲ 'ਤੇ ਖੁਸ਼ੀ ਦਾ ਮਾਹੌਲ ਹੋ ਜਾਂਦਾ, ਹੋ ਜਾਂਦਾ ਹੈ ਨਾ, ਹਾਂ ਨਾ ਤਾਂ ਬੋਲ ਸਕਦੇ ਹੋ ਜਾਂਦਾ ਹੈ ਨਾ ਬੇਟੇ। ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਜਦੋਂ ਦੀਵਾਲੀ ਦਾ ਹੁਣ ਜਿਵੇਂ ਸੀਜ਼ਨ ਚੱਲ ਰਿਹਾ, ਆਪਦੇ ਮਦਰ ਨੂੰ, ਆਪਦੀਆਂ ਜਿਹੜੀਆਂ ਲੇਡੀਜ਼ ਬਜ਼ੁਰਗ ਹੈ ਘਰੇ, ਆਉਣ ਵਾਲੇ ਜ਼ਮਾਨੇ ਦੇ ਵਿੱਚ ਮੁੰਡਿਆਂ ਨੂੰ ਵੀ ਕੁਕਿੰਗ ਸਿੱਖਣੀ ਪੈਣੀ, ਜੇ ਸਿੱਖ ਲਓਗੇ ਤਾਂ ਖਾਂਦੇ ਰਹੋਗੇ, ਨਹੀਂ ਤਾਂ ਕਦੇ ਕਦੇ ਭੁੱਖੇ ਰਹਿਣਾ ਪੈਂਦਾ, ਈਜ਼ੀ ਹੋ ਜਾਂਦਾ। ਅਤੇ ਕੋਈ ਵੀ ਕੰਮ ਕਰਨ ਦੇ ਵਿੱਚ ਸ਼ਰਮ ਨਹੀਂ ਹੁੰਦੀ, ਆਪਦੇ ਪੇਰੈਂਟਸ ਨੂੰ ਆਪਦੇ ਬਜ਼ੁਰਗਾਂ ਨੂੰ ਇਹ ਕਹਿਣਾ ਹੈ ਕਿ ਸਾਡੇ ਨਾਲ ਬੈਠ ਕੇ ਕੋਈ ਨਾ ਕੋਈ ਆਪਾਂ ਰਲ ਕੇ ਮਠਿਆਈ ਬਣਾਈਏ। ਆਪਾਂ ਬਾਹਰਲੀ ਮਠਿਆਈ ਤਾਂ ਸੋਚਦੇ ਹਾਂ ਕਿ ਬਾਹਰਲੀ ਖਾਣੀ ਨਹੀਂ, ਪਤਾ ਨਹੀਂ ਹਲਵਾਈਆਂ ਨੇ ਕੀ ਮਿਕਸ ਕੀਤਾ, ਮਿਲਾਵਟ ਬਹੁਤ ਹੈ, ਸੁਣਦੇ ਹੋ ਨਾ। ਇਸ ਲਈ ਬੜੀ ਵਾਰੀ ਐਂ ਹੁੰਦਾ ਕਿ ਆਪਾਂ ਮਠਿਆਈ ਖਾਂਦੇ ਹੀ ਨਹੀਂ, ਪਰ ਦੀਵਾਲੀ ਦਾ ਮਤਲਬ ਇਹ ਹੈ ਮਠਿਆਈਆਂ ਸਭ ਨਾਲੋਂ ਪਹਿਲਾਂ ਆਉਂਦੀਆਂ। ਘਰੇ ਬੈਠ ਕੇ ਆਪਦੇ ਮਦਰ ਨਾਲ, ਆਪਦੀ ਨਾਨੀ ਦਾਦੀ, ਜੋ ਵੀ ਬਜ਼ੁਰਗ ਤੁਹਾਨੂੰ ਏਡ ਕਰ ਸਕਦਾ ਹੈ, ਉਹਨਾਂ ਦੇ ਨਾਲ ਬੈਠ ਕੇ ਘਰੇ ਇੱਕ ਮਠਿਆਈ ਜ਼ਰੂਰ ਬਣਾਓ, ਮਿੱਠਾ ਖਾਓ, ਇਹ ਖਾਣ ਦਾ ਮੌਸਮ ਹੈ, ਜੇ ਇੱਕ ਦਿਨ ਦੇ ਵਿੱਚ 2-3 ਪੀਸ ਖਾ ਲਓਗੇ ਸ਼ੂਗਰ ਨਹੀਂ ਹੋਣ ਲੱਗੀ। ਅਤੇ ਵੈਸੇ ਵੀ ਜਿਹੜਾ WHO ਦਾ ਨਾਮ ਸੁਣਿਆ ਤੁਸੀਂ, ਵਰਲਡ ਹੈਲਥ ਔਰਗਨਾਈਜ਼,
ਆਰਗੇਨਾਈਜੇਸ਼ਨ ਬੇਟੇ ਯੂਐਨਓ ਦਾ ਇੱਕ ਪਾਰਟ ਹੈ ਸਾਰੀ ਦੁਨੀਆ ਦੀ ਜਿਹੜੀ ਹੈਲਥ ਲੋਕ ਮੋਨੀਟਰ ਕਰਦੇ ਆ ਉਹਨਾਂ ਨੇ ਆਪਦਾ ਇੱਕ ਪਿੱਛੇ ਜੇ ਨਾ ਇੱਕ ਫੋਰਮ ਰਿਲੀਜ਼ ਕੀਤਾ ਉਹਦੇ 'ਚ ਉਹਨਾਂ ਨੇ ਆਖਿਆ ਕਿ ਇੱਕ ਬੰਦਾ ਇੱਕ ਦਿਨ ਦਾ 12 ਚਮਚੇ ਖੰਡ ਖਾ ਸਕਦਾ ਨੋਰਮਲ ਬੰਦੇ 'ਚ ਮੈਂ ਨਹੀਂ ਕਹਿੰਦੀ ਖਾਓ ਪਰ ਮੈਂ ਕਹਿੰਦੀ ਕਿ ਦੀਵਾਲੀ ਦਾ ਸੀਜ਼ਨ ਹੈ ਮਠਿਆਈ ਖਾਣੀ ਵੀ ਜ਼ਰੂਰੀ ਹੈ ਘਰ ਦੀ ਬਣੀ ਹੋਈ ਅੱਗੇ ਲੋਕਾਂ ਦੇ ਵਿੱਚ ਕੋਈ ਫੈਸਟੀਵਲ ਆ ਜਾਂਦਾ ਸੀ ਨਾ ਤਾਂ ਸਾਰੀ ਦੁਨੀਆ ਆਪੋ ਆਪਣੇ ਘਰਾਂ ਦੇ ਵਿੱਚ ਫੈਸਟੀਵਲਸ ਮਨਾਉਂਦੀ ਸੀ ਘਰਾਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਸੀ ਇਹ ਨਾ ਹੋਵੇ ਕਿ ਦੀਵਾਲੀ ਘਰ ਦੇ ਅੰਦਰ ਹੈ ਤੇ ਤੁਸੀਂ ਘਰੋਂ ਬਾਹਰ ਭੱਜੇ ਅਸੀਂ ਸ਼ਹਿਰ ਜਾਈਏ ਅਸੀਂ ਮਾਲ ਜਾਈਏ ਅਸੀਂ ਫਿਲਮ ਵੇਖਣ ਚਲੇ ਜਾਈਏ ਅਸੀਂ ਦੀਵਾਲੀ ਐਂ ਮਨਾਉਣੀ ਹੈ ਦੀਵਾਲੀ ਮਨਾਉਣ ਦਾ ਮਤਲਬ ਹੈ ਘਰ ਦੇ ਅੰਦਰ ਖੁਸ਼ੀ ਘਰ ਦੇ ਅੰਦਰ ਮਠਿਆਈਆਂ ਬਣਾਉਣੀਆਂ ਰਿਸ਼ਤੇਦਾਰ ਆਉਣ ਘਰ ਦੇ ਅੰਦਰ ਗੱਲਬਾਤ ਕਰੋ ਮਤਲਬ ਘਰਾਂ ਦੇ ਅੰਦਰ ਇਹ ਖੁਸ਼ੀ ਦੀ ਜਿਹੜੀ ਪ੍ਰਵਿਰਤੀ ਹੈ ਨਾ ਇਹ ਪਹਿਲੇ ਸਮਿਆਂ 'ਚ ਹੋਇਆ ਕਰਦੀ ਸੀ ਅੱਜ ਕੱਲ੍ਹ ਇਹਦਾ ਮਾਹੌਲ ਹੀ ਘੱਟ ਰਿਹਾ ਪਰ ਉਹਨਾਂ ਚੀਜ਼ਾਂ ਨੂੰ ਆਪਾਂ ਜ਼ਿੰਦਾ ਰੱਖਣਾ ਆਪਦੇ ਬਜ਼ੁਰਗਾਂ ਤੋਂ ਉਹ ਦੀਵਾਲੀ ਕਿਵੇਂ ਮਨਾਇਆ ਕਰਦੇ ਸੀ ਉਹਨਾਂ ਤੋਂ ਗੱਲਾਂ ਜ਼ਰੂਰ ਸੁਣੋ ਉਹਨਾਂ ਦੀਆਂ ਗੱਲਾਂ 'ਚੋਂ ਬੜਾ ਕੁਝ ਸਿੱਖਣ ਦਾ ਮੌਕਾ ਮਿਲੂਗਾ ਤੇ ਜੇ ਕਿਸੇ ਰਿਸ਼ਤੇਦਾਰ ਨਾਲ ਰੁੱਸੇ ਵੀ ਹੋ ਨਾ ਤੇ ਉਹਦੇ ਘਰੇ ਮਠਿਆਈ ਦਾ ਡੱਬਾ ਲੈ ਕੇ ਆਪ ਚਲੇ ਜਾਓ ਕੋਈ ਫਰਕ ਨਹੀਂ ਰਿਸ਼ਤੇ ਜਿੰਨਾ ਜ਼ਿੰਦਾ ਰਵੇ ਕੋਈ ਵੀ ਰਿਸ਼ਤਾ ਉਨੀ ਖੁਸ਼ੀ ਵੱਧ ਜਾਂਦੀ ਆਈ ਵਿਸ਼ ਯੂ ਆਲ ਅ ਵੈਰੀ ਹੈਪੀ ਦੀਵਾਲੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਛਾ ਬੇਟੇ ਆਪਾਂ ਹੁਣ ਇਨਵਾਇਰਮੈਂਟ ਦੀ ਗੱਲ ਕਰਾਂਗੇ ਕਿਸੇ ਇੱਕ ਚੀਜ਼ ਦਾ ਨਾਮ ਲਓ ਜਿਹੜਾ ਆਪਾਂ ਨੂੰ ਕੇਵਲ ਦਿੰਦਾ ਹੈ ਤੇ ਵਾਪਸ ਕੁਛ ਨਹੀਂ ਮੰਗਦਾ ਆਪਣੇ ਹਾਂਜੀ ਤੁਸੀਂ ਬੱਚੇ ਜਿਹੜੇ ਪਿੱਛੇ ਬੈਠੇ ਹੋ ਨਾਮ ਲਓ ਕਿਸੇ ਉਸ ਚੀਜ਼ ਦਾ ਜਿਹੜਾ ਆਪਾਂ ਨੂੰ ਕੇਵਲ ਦਿੰਦਾ ਹੈ ਤੇ ਮੰਗਦਾ ਕੁਛ ਨਹੀਂ ਆਪਣੇ ਕੋਲ ਬੋਲੋ ਬੇਟੇ ਮਾਤਾ ਪਿਤਾ ਵੈਰੀ ਗੁੱਡ ਪਰ ਗੋਡ ਵੈਰੀ ਗੁੱਡ ਹੋਰ ਪਰ ਬੇਟੇ ਆਪਣੇ ਆਸੇ ਪਾਸੇ ਸਾਰਾ ਦਿਨ ਹੈ ਰੁੱਖ ਜੇ ਮਦਰ ਬਿਮਾਰ ਹੋ ਜਾਏ ਤਾਂ ਉਹਨੂੰ ਦਵਾਈ ਦਵਾ ਕੇ ਲਿਆਉਣੀ ਪੈਂਦੀ ਹੈ ਨਾ ਜੇ ਕਿਤੇ ਇਹ ਬਿਮਾਰ ਹੋ ਜਾਣ ਤਾਂ ਆਪਾਂ ਕਦੀ ਖਿਆਲ ਨਹੀਂ ਕਰਦੇ ਫਿਰ ਵੀ ਦਿੰਦੇ ਆਪਾਂ ਰਾਈਟ ਇਹਨਾਂ ਤੋਂ ਬਿਨਾਂ ਆਪਾਂ ਇੱਕ ਪਲ ਜ਼ਿੰਦਾ ਨਹੀਂ ਰਹਿ ਸਕਦੇ ਤੇ ਇਨਸਾਨ ਦਾ ਇੱਕੋ ਕੰਮ ਹੈ ਇਹਨਾਂ ਨੂੰ ਵੱਢ ਕੇ ਕਦੀ ਆਪਾਂ ਫਰਨੀਚਰ ਬਣਾ ਰਹੇ ਹਾਂ ਕਦੀ ਪੈਨਸਲਾਂ ਬਣਾ ਰਹੇ ਹਾਂ ਕਦੀ ਕੁਛ ਬਣਾ ਰਹੇ ਹਾਂ ਕਦੀ ਕੁਛ ਬਣਾ ਰਹੇ ਹਾਂ ਤੇ ਇਹ ਕਦੀ ਉਫ ਵੀ ਨਹੀਂ ਕਹਿੰਦੇ ਇਹ ਜੀ ਇਹਨਾਂ ਤੋਂ ਤਾਂ ਸਿੱਖਣ ਵਾਲਾ ਇੰਨਾ ਕੁਛ ਹੈ ਇਹਨਾਂ ਰੁੱਖਾਂ ਤੋਂ ਕਿ ਆਪਾਂ ਇਹਨਾਂ ਦੇ ਪੈਰ ਵਰਗੇ ਵੀ ਨਹੀਂ ਬਣ ਸਕਦੇ ਆਪਾਂ ਇਹਨਾਂ ਨੂੰ ਵੱਢ ਵੀ ਲਈਏ ਤਾਂ ਵੀ ਨਹੀਂ ਹੋਏ ਕਰਦੇ ਫਿਰ ਵੀ ਇਹਨਾਂ ਦਾ ਕੰਮ ਇੱਕੋ ਹੈ ਦੇਣਾ ਆਪਾਂ ਜਿਹੜੀ ਚੀਜ਼ ਛੱਡਦੇ ਹਾਂ ਜਿਹੜੀ ਆਪਣੇ ਕੰਮ ਦੀ ਨਹੀਂ ਕਾਰਬਨ ਡਾਈਆਕਸਾਈਡ ਆਪਾਂ ਆਕਸੀਜਨ ਬਰੀਦਨ ਕਰਦੇ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਇਹ ਆਪਣੀ ਛੱਡੀ ਹੋਈ ਗੈਸ ਨੂੰ ਲੈਂਦੇ ਹੈ ਅਤੇ ਆਪਣੇ ਬਰੀਦਨ ਕਰਨ ਲਈ ਆਕਸੀਜਨ ਮੇਰੀ ਤੁਹਾਡੇ ਸਾਰਿਆਂ ਅੱਗੇ ਇੱਕ ਬੇਨਤੀ ਹੈ ਕਿ ਜਦੋਂ ਵੀ ਤੁਹਾਡੇ ਘਰ ਦੇ ਅੰਦਰ ਕੋਈ ਖੁਸ਼ੀ ਵਾਲਾ ਮੌਕਾ ਹੋਵੇ ਕੋਈ ਵਿਆਹ ਸ਼ਾਦੀ ਹੋਵੇ ਤੁਹਾਡਾ ਜਨਮ ਦਿਨ ਹੋਵੇ ਜਿਵੇਂ ਹੁਣ ਦੀਵਾਲੀ ਹੈ ਤਾਂ ਜ਼ਿਆਦਾ ਕੁਛ ਜੇ ਇਨਵਾਇਰਮੈਂਟ ਲਈ ਨਹੀਂ ਕਰ ਸਕਦੇ ਤਾਂ ਇੱਕ ਬੂਟਾ ਉਸ ਖਾਸ ਦਿਨ ਜ਼ਰੂਰ ਲਾਇਆ ਕਰੋ ਇਹ ਨਾ ਸੋਚੋ ਕਿ ਮੇਰੇ ਬੂਟੇ ਕੀ ਹੋ ਜਾਊਗਾ ਜੇ ਹਰੇਕ ਬੱਚਾ ਆਪਦੇ ਕਿਸੇ ਇੰਪੋਰਟੈਂਟ ਫੈਸਟੀਵਲ 'ਤੇ ਇੰਪੋਰਟੈਂਟ ਦਿਨ 'ਤੇ ਇੱਕ ਬੂਟਾ ਲਾਉਣ ਲੱਗ ਪਏ ਨਾ ਪੰਜਾਬ ਨੂੰ ਹਰਿਆ ਭਰਿਆ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਮੰਨਦੇ ਹੋ ਇਹ ਗੱਲ ਬੇਟੇ ਪਰ ਇਹਨਾਂ ਰੁੱਖਾਂ ਦੇ ਵਿੱਚੋਂ ਕੁਛ ਇਸ ਤਰ੍ਹਾਂ ਦੇ ਰੁੱਖ ਹੈ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਮੋਰਿੰਗਾ ਕਹਿੰਦੇ ਇੰਗਲਿਸ਼ 'ਚ ਅਤੇ ਪੰਜਾਬੀ 'ਚ ਕਹਿੰਦੇ ਆ ਸੁਹਾਂਜਣਾ ਕੀ ਨਾਮ ਲਿਆ ਮੈਂ ਕਿਸੇ ਬੱਚੇ ਨੂੰ ਸੁਹਾਂਜਣ ਦੇ ਬੂਟੇ ਬਾਰੇ ਕੋਈ ਇਨਫੋਰਮੇਸ਼ਨ ਹੈਗੀ ਹੈ ਜਿੰਨੇ ਖੜੇ ਹੈ ਜਿੰਨੇ ਬੈਠੇ ਹੈ ਜਿੰਨੇ ਖੜੇ ਹੈ ਜਿੰਨੇ ਬੈਠੇ ਹੈ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਟੀਚਰਸ ਹੋਣਗੇ ਇੱਥੇ ਮੈਂ ਟੀਚਰਸ ਨੂੰ ਵੀ ਇਨਵਾਈਟ ਕਰਦੀ ਹਾਂ ਪਲੀਜ਼ ਕਿ ਸੁਹਾਂਜਣ ਦੇ ਬੂਟੇ ਬਾਰੇ ਮੈਨੂੰ ਕੋਈ ਇੱਕ ਗੱਲ ਦੱਸੋ ਮੈਂ ਬਾਹਲੀਆਂ ਨਹੀਂ ਕਹਿ ਰਹੀ ਅੱਜ ਤੋਂ 30-40 ਸਾਲ ਪਹਿਲਾਂ ਪੰਜਾਬ ਦੇ ਅੰਦਰ ਸੁਹਾਂਜਣ ਦਾ ਬੂਟਾ ਆਮ ਹੋਇਆ ਕਰਦਾ ਸੀ ਹਰ ਖੇਤ ਦੇ ਵਿੱਚ ਸੁਹਾਂਜਣ ਹੋਇਆ ਕਰਦਾ ਸੀ 50 ਸਾਲ ਪਹਿਲਾਂ ਅੱਜ ਸੁਹਾਂਜਣ ਦਾ ਬੂਟਾ ਪੰਜਾਬ 'ਚ ਕਿਤੇ ਨਜ਼ਰ ਆਉਣ ਨਹੀਂ ਦਿੰਦਾ ਕੋਈ ਦੱਸੋਗਾ ਮੈਨੂੰ ਸੁਹਾਂਜਣ ਦੇ ਬੂਟੇ ਬਾਰੇ ਜਿੰਨੇ ਵੀ ਬੈਠੇ ਨੇ ਮੈਡੀਕੇਟਿਡ ਹੈ ਪਰ ਉਹਦੀ ਜੀ ਐਮ ਆਪਾਂ
ਬੱਚਿਆਂ ਨੂੰ ਸਮਝਾਉਣਾ ਹੋਵੇ, ਮੈਡੀਕੇਟਡ ਤਾਂ ਨਿੰਮ ਦੀ ਹੈ ਹਨਾ, ਮੈਨੂੰ ਕੁਛ ਦੱਸੋਗੇ ਤੁਹਾਨੂੰ ਜਨਮ ਬੂਟੇ ਬਾਰੇ ਬੱਚਿਓ? ਮੁੰਡੇ ਤਾਂ ਬਹੁਤ ਇੰਟੈਲੀਜੈਂਟ ਹੁੰਦੇ ਆ, ਸਾਰੇ ਬਜ਼ੁਰਗ ਸਾਰੇ ਹੀ ਕਹਿੰਦੇ ਆ ਨਾ, ਪਰ ਬੱਚਿਓ ਮੈਂ ਕਿਉਂ ਬੋਲੋ ਕਰਕੇ ਦੱਸਿਆ ਜੀ।
ਦੇ ਦਿਮਾਗ ਚ ਆਇਆ ਕਿ ਬਿਨਾ ਲਏ ਕਿਸੇ ਨੂੰ ਕੋਈ ਚੀਜ਼ ਦੇਣੀ ਹੈ। ਇਹ ਰੁੱਖ ਆਪਾਂ ਨੂੰ ਸਾਰਾ ਦਿਨ ਦਿੰਦੇ, ਆਪਣੇ ਤੋਂ ਕੁਛ ਨਹੀਂ ਮੰਗਦੇ। ਕੀ ਮੰਗਦੇ ਹੈ? ਜੇ ਇਹਨਾਂ ਨੂੰ ਕੀੜਾ ਲੱਗ ਜਾਵੇ ਤੇ ਡਿੱਗ ਪੈਂਦੇ ਹੈ, ਦਵਾਈ ਵੀ ਨਹੀਂ ਮੰਗਦੇ। ਇਹਨਾਂ ਤੋਂ ਇਹ ਗੱਲ ਸਿੱਖਣ ਵਾਲੀ ਹੈ ਕਿ ਵਾਪਸ ਦੇਣਾ, ਗਿਵਿੰਗ ਬੈਕ, ਆਪਦੇ ਮਾਂ ਬਾਪ ਨੂੰ ਜਿਵੇਂ ਆਪਾਂ ਸੋਚਦੇ ਹਾਂ ਨਾ ਕਿ ਵੱਡੇ ਹੋ ਕੇ ਇਹਨਾਂ ਦਾ ਧਿਆਨ ਰੱਖਾਂਗੇ, ਤੇ ਰੱਖਣਾ ਬਹੁਤ ਜ਼ਰੂਰੀ ਹੈ। ਨਾਲ ਨਾਲ ਆਪਦੇ ਆਲੇ ਦੁਆਲੇ ਨੂੰ ਵੀ ਦੇਣਾ ਹੈ ਵਾਪਸ। ਉਹ ਵਾਪਸ ਕਿਵੇਂ ਦੇ ਸਕਦੇ ਆਲੇ ਦੁਆਲੇ ਨੂੰ? ਕੋਈ ਇੱਕ ਬੱਚਾ ਮੈਨੂੰ ਖੜਾ ਹੋ ਕੇ ਦੱਸੂਗਾ ਕਿ ਆਲੇ ਦੁਆਲੇ ਨੂੰ, ਇਨਵਾਇਰਮੈਂਟ ਨੂੰ ਆਪਾਂ ਵਾਪਸ ਕਿਵੇਂ ਦੇ ਸਕਦੇ? ਬੈਠੇ ਹੀ ਦੱਸ ਦਿਓ ਜੀ। ਐਨੀਵਨ? ਹਾਂ ਹਾਂ ਬੋਲੋ ਬੇਟਾ। ਇਹਨਾਂ ਦਾ ਬੀਜ ਦੁਬਾਰੇ ਲਾ ਕੇ ਇਹਨਾਂ ਨੂੰ ਪੈਦਾ ਕਰ ਸਕਦੇ, ਉਗਾ ਸਕਦੇ। ਵੈਰੀ ਗੁੱਡ। ਹੋਰ ਜਿਹੜੀ ਲੱਗੀ ਹੈ ਉਹਨਾਂ ਦਾ ਕੀ ਕਰ ਸਕਦੇ? ਇਹਨਾਂ ਨੂੰ ਵੱਢਣਾ ਨਹੀਂ, ਇਹਨਾਂ ਨੂੰ ਵੱਢਣਾ ਨਹੀਂ। ਜਿੱਥੇ ਲੋੜ ਹੈ, ਜਿਹੜੇ ਬੂਟੇ ਛੋਟੇ ਉਹਨਾਂ ਨੂੰ ਪਾਣੀ ਪਾ ਸਕਦੇ ਹਾਂ। ਵੈਰੀ ਗੁੱਡ, ਐਟਲੀਸਟ ਖੜਾ ਹੋ ਗਈ। ਥੈਂਕ ਯੂ ਬੇਟਾ। ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਬੱਚਿਓ, ਜਿਹੜੇ ਆਪਾਂ ਨੂੰ, ਜਿਨ੍ਹਾਂ ਤੋਂ ਬਿਨਾਂ ਆਪਾਂ ਜ਼ਿੰਦਾ ਨਹੀਂ ਨਾ ਰਹਿ ਸਕਦੇ। ਇਹਨਾਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਇਹ ਨਹੀਂ ਸੋਚਣਾ ਕਿ ਮੇਰੇ ਇੱਕ ਬੰਦੇ ਨਾਲ ਕੀ ਹੋ ਜਾਊਗਾ। ਜੇ ਇੱਕ ਇੱਕ ਬੱਚਾ ਕਰਨ ਲੱਗ ਪਏ ਤਾਂ ਬਹੁਤ ਵੱਡੀ ਚੇਂਜ ਆ ਸਕਦੀ ਹੈ। ਅਤੇ ਹਮੇਸ਼ਾ ਵਾਪਸ ਦੇਣ ਦੀ ਸੋਚ ਆਪਦੇ ਦਿਮਾਗ 'ਚ ਰੱਖਣੀ ਹੈ ਕਿ ਜਦੋਂ ਮੈਂ ਵੱਡੀ ਹੋ ਗਈ, ਜਦੋਂ ਮੈਂ ਵੱਡਾ ਹੋ ਗਿਆ, ਮੈਂ ਆਪਦੇ ਸਮਾਜ ਨੂੰ ਵਾਪਸ ਦੇਣਾ। ਬੇਟੇ, ਮੈਂ ਇੱਥੇ ਕੋਈ ਵੋਟਸ ਲੈਣ ਨਹੀਂ ਆਈ ਤੁਹਾਡੇ। ਇੱਥੇ ਇੱਕ ਦਿਮਾਗ ਦੀ ਇੱਕ ਸੋਚ ਹੈ ਕਿ ਜੋ ਕੁਛ ਮੇਰੇ ਕੋਲ ਇਨਫੋਰਮੇਸ਼ਨ ਹੈ, ਮੈਂ ਜਾ ਕੇ ਸਕੂਲਾਂ ਦੇ ਬੱਚਿਆਂ ਨਾਲ ਸਾਂਝੀ ਕਰਾਂ। ਬੱਚਿਆਂ ਦੇ ਵਿੱਚ ਇੱਕ ਸੋਚ ਪੈਦਾ ਕਰਨੀ ਹੈ ਕਿ ਮੈਂ ਇਨਵਾਇਰਮੈਂਟ ਦਾ ਧਿਆਨ ਰੱਖਣਾ। ਜੋ ਕੁਛ ਮੇਰੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਨਾ, ਮੈਂ ਬੱਚਿਆਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਤੁਹਾਡੇ ਤੋਂ ਐਕਸਪੈਕਟ ਕਰਦੀ ਕਿ ਜਦੋਂ ਤੁਸੀਂ ਵੱਡੇ ਹੋਵੋਗੇ, ਸਾਰਾ ਕੁਛ ਪੈਸੇ ਲਈ ਨਹੀਂ ਕਰੀਦਾ। ਜਦੋਂ ਆਪਾਂ ਸਮਾਜ ਨੂੰ ਵਾਪਸ ਦਿੰਦੇ ਹਾਂ ਨਾ, ਤਾਂ ਆਪਾਂ ਪਤਾ ਨਹੀਂ ਕਿੰਨੇ ਕੁ ਬੱਚਿਆਂ ਦੀ ਲਾਈਫ ਦੇ ਵਿੱਚ ਚੇਂਜ ਲਿਆ ਰਹੇ ਹੁੰਦੇ। ਹੋ ਸਕਦਾ ਕਿ ਤੁਹਾਡੇ, ਜੇ ਤੁਹਾਡੇ ਚੋਂ ਕੁਛ ਬੱਚਿਆਂ ਦੇ ਵਿੱਚ ਵੀ ਸੋਚ ਪੈਦਾ ਹੋ ਗਈ ਨਾ, ਜੋ ਮੈਂ ਗੱਲਾਂ ਕਹਿ ਰਹੀ ਹਾਂ, ਤਾਂ ਮੈਂ ਆਪਦੇ ਆਪ ਨੂੰ ਇੱਕ ਅਚੀਵਰ ਸਮਝੂੰਗੀ। ਇਸ ਕੌਜ਼ ਦੇ ਵਿੱਚ ਮੇਰੀ ਸਪੋਰਟ ਕਰੋਗੇ? ਬੇਟੇ, ਇੰਨੀ ਹੌਲੀ ਹਾਂ ਬੋਲੋਗੇ ਤਾਂ ਮੈਨੂੰ ਸਮਝ ਹੀ ਨਹੀਂ ਆਉਂਦਾ। ਜਿੰਨੇ ਬੂਟੇ ਦੇ ਕੇ ਜਾ ਰਹੀ ਹੈ, ਆਪਦੇ ਘਰੇ ਜਾ ਕੇ ਲਾਉਣੇ ਹੈ, ਸਾਰੇ ਬੂਟੇ ਪਲਾਸਟਿਕ ਨਾਲ ਕਵਰਡ ਹੈ। ਉਹ ਪਲਾਸਟਿਕ ਉਤਾਰ ਕੇ ਫਿਰ ਬੂਟਾ ਬੀਜਣਾ ਤੇ ਬੂਟਾ ਮਰਨ ਨਹੀਂ ਦੇਣਾ। ਜਗ੍ਹਾ ਲੈ ਲਈਆਂ ਬੱਚਿਆਂ ਨੇ।